ਅਸਲਾਮੁਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਔਰ ਭਾਜੀ ਕੀ ਨਾਂ ਤੁਹਾਡਾ? ਮੇਰਾ ਨਾਮ ਮੁਸਤਾਕ ਹੈ। ਅੱਛਾ, ਮੁਸਤਾਕ ਹੈ। ਹਾਂ ਜੀ। ਕੀ ਨਾਂ ਤੇਰੇ ਪਿੰਡ ਦਾ? ਬੈਰੀ ਦਾ ਬਾੜ। ਹਾਂ ਜੀ, ਬੈਰੀ। ਅੱਛਾ, ਬੈਰੀ ਦਾ ਬਾੜ ਹੈ ਤੇ ਇਹਦੇ ਨਾਲ ਚੌਂਕ ਦਾ ਕੀ ਨਾਂ ਹੈ? ਇਹ ਰਾਏ ਮੋੜ। ਅੱਛਾ, ਰਾਏ ਮੋੜ ਹੈ। ਹਾਂ ਜੀ, ਹਾਂ ਜੀ। ਰਾਏ ਮੋੜ ਦੇ ਖਲਕੀ ਸਾਈਡ ਬੈਰੀ ਦਾ ਬਾੜ ਹੈ। ਹਾਂ ਜੀ, ਹਾਂ ਜੀ। ਅੱਛਾ, ਬਿਲਕੁਲ ਆਈ ਪੇਪਰ ਹੈ ਤੇਰੀ, ਮਤਲਬ ਮਕਾਨ ਹੈ। ਅੱਛਾ ਅੱਛਾ ਅੱਛਾ, ਇਹ ਬਹੁਤ ਵਧੀਆ। ਤੁਸੀਂ ਬੱਕਰਾ ਰੱਖਿਆ ਹੈ? ਕਿਹੜੀ ਨਸਲ ਹੈ? ਇਹ ਪਿਓਰ ਬੀਟਲ ਹੈ ਜੀ। ਅੱਛਾ, ਬੀਟਲ ਨਸਲ ਹੈ। ਸਿੰਗੀ ਇਹਦੀ ਚੰਗੀ ਹੈ। ਹਾਂਜੀ ਜੀ ਜੀ ਜੀ। ਖੀਰਾ ਬੱਚਾ ਹੈ। ਅੱਛਾ, ਇਹ ਖੀਰਾ ਬੱਚਾ ਹੈ। ਹਾਂਜੀ। ਅੱਛਾ, ਕਿੰਨੀ ਏਜ ਹੋਈ ਇਸ ਬੱਕਰੇ ਦੀ? ਇਸ ਬੱਕਰੇ ਦੀ ਅਜੇ ਕੋਈ 10 ਮਹੀਨੇ ਏਜ ਹੋਈ ਹੈ। ਅੱਛਾ, 10 ਮਹੀਨੇ ਦਾ ਬੱਚਾ ਹੈ। ਹਾਂਜੀ। ਅੱਛਾ, ਬਹੁਤ ਸੋਹਣਾ ਬੱਚਾ ਹੈ। ਅੱਛਾ, ਮੇਨ ਬਰੀਡਰ ਰੱਖਿਆ ਤੁਸੀਂ? ਹਾਂਜੀ ਹਾਂਜੀ। ਅੱਛਾ ਅੱਛਾ, ਕਿੰਨੀ ਬੱਕਰੀ ਰੱਖੀਆਂ ਤੁਸੀਂ? ਬੱਕਰੀਆਂ ਮੇਰੇ ਕੋਲ ਹਨ ਕੋਈ 40 ਪਲੱਸ। 40 ਕੋਲ ਉੱਤੇ ਬੱਕਰੀਆਂ ਨੇ? ਹਾਂਜੀ। ਅੱਛਾ, ਬੱਚੇ ਕਿੰਨੇ ਹੋਏ ਨੇ ਘਰ? ਬੱਚੇ ਹੋ ਗਏ ਨਾ ਕੋਈ 40 ਸਾਰੇ ਬੱਚੇ ਵੀ ਹਨ ਇਸ ਟਾਈਮ ਤੇ। ਬੱਕਰੀਆਂ ਸੂਣ ਵਾਲੀਆਂ ਨੇ ਵਿੱਚ ਜੀ। ਅੱਛਾ, ਇਹ ਕਈ ਬੱਕਰੀਆਂ ਗੱਬਣ ਨੇ ਜੀ? ਹਾਂਜੀ। ਅੱਛਾ, ਕਿੰਨੀ ਬੱਕਰੀ ਤੇਰੀ ਗੱਬਣ ਹੈ? ਬੱਕਰੀਆਂ ਮੇਰੀਆਂ ਗੱਬਣਾਂ ਹੈਗੀਆਂ ਕੋਈ 26-27। ਅੱਛਾ, 26-27। ਇਸ ਲਈ ਬੱਚੇ ਕਿੰਨੇ ਅਵੇਲੇਬਲ ਨੇ? ਬੱਚੇ ਹਨ ਇਸ ਲਈ ਕੋਈ 40 ਆ ਰਹੇ ਹਨ। ਅੱਛਾ, 40 ਬੱਚੇ ਵੀ ਹਨ ਇਸ ਲਈ? ਜੀ 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 ਜੀ। ਤੇ ਅੱਛਾ, ਇਹ ਬੱਕਰੀਆਂ ਦੇ ਨਾਲ ਨਾਲ ਔਰ ਗਾਂ ਵੀ ਰੱਖੀ ਹੈ? ਇੱਕ ਗਾਂ ਰੱਖੀ ਹੈ, ਇੱਕ ਮੱਝ ਰੱਖੀ ਹੈ। ਅੱਛਾ ਅੱਛਾ ਅੱਛਾ, ਇਹ ਮੱਝ ਜਿਹੜੀ ਹੈ ਇਹ ਕਿਹੜੀ ਨਸਲ ਦੀ ਮੱਝ ਹੈ? ਇਹ ਮੁਰਰਾ ਹੈ? ਮੁਰਰਾ
ਕੱਚੀ ਆਉਂਦੀ ਹੈ ਅਸੀਂ ਪਿਓਰ ਮੁਰਰਾ ਨਹੀਂ ਆ ਲੇਕਿਨ ਇਹ ਮੁਰਰਾ ਜੀ ਅੱਛਾ ਤੇ ਮਗਰ ਇਹਦੀਆਂ ਲੱਤਾਂ ਜਿਹੜੀਆਂ ਨੇ ਟੰਗਾਂ ਨਾਲ ਜਿਹੜੀਆਂ ਇਹਦੀਆਂ ਚਿੱਟੀਆਂ ਨੇ ਹਾਂਜੀ ਇਹ ਪੰਜ ਕਲਿਆਣੀ ਚ ਆਉਂਦੀ ਹੈ ਅੱਛਾ ਪੰਜ ਕਲਿਆਣੀ ਮੈਸ ਰੱਖੀ ਹੈ ਅੱਛਾ ਪੰਜ ਕਲਿਆਣੀ ਮੈਸ ਗਾਂ ਵੀ ਤੇਰੀ ਬਹੁਤ ਵਧੀਆ ਪਹਿਲੀ ਵਾਰੀ ਸੁਣੀ ਆ ਇਹ ਬੱਛੀ ਹੈ ਜੀ ਅੱਛਾ ਮਤਲਬ ਇਹ ਬੱਛੀ ਹੈ ਅੱਛਾ ਅੱਛਾ ਮੇਰੇ ਖਿਆਲ ਜਰਸੀ ਨਸਲ ਹੈ ਹਾਂਜੀ ਹਾਂਜੀ ਅੱਛਾ ਅੱਛਾ ਮੈਂ ਵੇਖਿਆ ਤੇਰੇ ਤੂੰ ਮੁਰਗੇ ਵੀ ਰੱਖੇ ਨੇ ਜਾਲੀ ਵਿੱਚ ਬੱਕਰੀਆਂ ਵੀ ਰੱਖੀ ਤੁਸੀਂ ਮੈਸਾਂ ਵੀ ਰੱਖੀਆਂ ਗਾਈਆਂ ਵੀ ਰੱਖੀਆਂ ਔਰ ਮੁਰਗੇ ਵੀ ਰੱਖੇ ਸਮਝੋ ਇੰਟੀਗ੍ਰੇਟਿਡ ਫਾਰਮਿੰਗ ਹੈ ਤੇਰੀ ਬਿਲਕੁਲ ਬਿਲਕੁਲ ਅੱਛਾ ਖੇਤੀਬਾੜੀ ਵੀ ਕਰਦੇ ਖੇਤੀਬਾੜੀ ਵੀ ਹੈ ਜੀ ਅੱਛਾ ਅੱਛਾ ਇਹ ਬੱਕਰੀਆਂ ਬਾਹਰ ਵੀ ਚਲਾਉਂਦੇ ਜਾਂ ਘਰ ਹੀ ਰੱਖਦੇ ਨਹੀਂ ਅਸੀਂ ਬਾਹਰ ਹੀ ਚਲਾਉਂਦੇ ਹਾਂ ਬਾਹਰ ਹੀ ਚਲਾਉਂਦੇ ਹਾਂਜੀ ਜ਼ਿਆਦਾ ਕੀ ਪਾਉਂਦੇ ਗੱਲ ਪੱਤਰ ਛੱਤਰ ਬੇਰੀ ਸ਼ੇਰੀ ਹੈ ਲਸੂਨੀ ਅੱਛਾ ਬੇਰੀ ਸਲਾਕੇ ਚ ਕਾਫੀ ਹੈ ਹਾਂ ਬੇਰੀ ਸ਼ੇਰੀ ਹੈ ਤੂਤ ਸ਼ੂਤ ਕੇ ਲੱਭ ਜਾਂਦੇ ਨੇ ਤੂਤ ਵੀ ਹੈ ਹਾਂ ਦਰੈਂਗ ਸ਼ਰੈਂਗ ਵੀ ਹੈ ਅੱਛਾ ਦਰੈਂਗ ਵੀ ਹੈ ਦਰੈਂਗ ਦਾ ਕੀ ਫਾਇਦਾ ਹੈ ਦਰੈਂਗ ਦਾ ਵੀ ਫਾਇਦਾ ਕੋਈ ਨਹੀਂ ਹੈ ਲੇਕਿਨ ਫਿਰ ਵੀ ਪੇਟ ਭਰਾਈ ਹੋ ਜਾਂਦੀ ਫਾਇਦਾ ਇਸ ਟਾਈਮ ਬੇਰੀ ਦਾ ਹੀ ਹੈ ਜ਼ਿਆਦਾ ਨਹੀਂ ਦਰੈਂਗ ਬੱਕਰੀ ਨੂੰ ਠੰਡਾ ਵੀ ਰੱਖਦੀ ਹੈ ਔਰ ਇਨਫੈਕਸ਼ਨ ਵੀ ਦੂਰ ਕਰਦੀ ਹੈ ਹਾਂਜੀ ਇਸ ਤਰ੍ਹਾਂ ਠੀਕ ਹੈ ਪੇਟ ਭਰਾਈ ਵਾਸਤੇ ਠੀਕ ਹੈ ਲੇਕਿਨ ਜੋ ਬੇਰੀ ਦੇ ਫਾਇਦੇ ਨੇ ਉਹ ਇੰਨੇ ਦਰੈਂਗ ਦੇ ਨਹੀਂ ਹੈ ਅੱਛਾ ਬੇਰੀ ਦੇ ਮਤੇ ਫਾਇਦੇ ਨੇ ਹਾਂਜੀ ਹਾਂਜੀ ਅੱਛਾ ਅੱਛਾ ਅਤੇ ਕਿੱਕਰ ਕਿੱਕਰ ਦਾ ਵੀ ਫਾਇਦਾ ਜੀ ਕਿੱਕਰ ਵੀ ਉਹਦੇ ਨਾਲ ਮਾਲ ਚਾਰਾ ਚੰਗਾ ਕਰਦਾ ਅੱਛਾ ਅੱਛਾ ਕਿੱਕਰ ਜ਼ਿਆਦਾ ਤੇਰੇ ਇਲਾਕੇ ਚ ਬੇਰੀ ਹੈ ਕਿੱਕਰ ਵੀ ਕਾਫੀ ਹੈ ਇੱਧਰ ਅੱਛਾ ਅੱਛਾ ਬੇਰ ਜਿਹੜਾ ਮਤਲਬ ਬੇਰੀ ਹੈ ਬੇਰੀ ਦਾ ਪੱਤਾ ਜਿਹੜਾ ਉਹ ਬੱਕਰੀ ਵਾਸਤੇ ਇੱਕ ਅੱਛੀ ਇੱਕ ਖੁਰਾਕ ਹੈ ਬਿਲਕੁਲ ਸਭ ਤੋਂ ਬੈਸਟ ਪੱਤਰਾ ਜੀ ਅੱਛਾ ਬੇਰੀ ਦਾ ਪੱਤਾ ਹੈ ਅੱਛਾ 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 ਅਤੇ ਬੱਚੇ ਤੁਸੀਂ ਵੇਚ ਵੀ ਦਿੰਦੇ ਆਮ ਬੱਚੇ ਸੇਲ ਵੀ ਕਰਨੇ ਆ ਜੀ ਅੱਛਾ 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 ਬਹੁਤ ਅੱਛੀ ਬਾਤ ਹੈ ਤੇ ਇਹ ਮੈਨੂੰ ਦੱਸੋ ਕਿ ਅਗਰ ਕੋਈ ਬੱਕਰੀ ਦੇ ਮਤਲਬ ਤੁਹਾਨੂੰ ਕੋਈ ਜ਼ਹਿਰ ਵਗੈਰਾ ਹੋ ਜਾਏ ਜਿਆਦਾ ਪੱਲੀ ਨੂੰ ਤਾਂ ਉਹਦਾ ਕੀ ਇਲਾਜ ਕਰਦੇ ਤੁਸੀਂ ਉਹਦਾ ਜ਼ਿਆਦਾ ਅੱਜ ਕੱਲ੍ਹ ਇੰਜੈਕਸ਼ਨ ਇੰਜੁਕਸ਼ਨ ਵੀ ਕਾਫੀ ਚੱਲੇ ਨੇ ਅੱਛਾ ਤੇ ਨਹੀਂ ਤੇ ਅੱਜ ਕੱਲ੍ਹ ਪਹਿਲਾਂ ਉਹੀ ਪੁਰਾਣੇ ਇਲਾਜ ਹੀ ਦੇਸੀ ਆਪਣੀ ਦੇਸੀ ਟਕੂਣੀ ਕੋਈ ਜਾਂ ਘਿਓ ਸ਼ਿਓ ਕੋਈ ਕਾਲੇ ਮਿਰਚ ਦੂਜਾ ਜਾਂ ਕੋਈ ਤੋਸ਼ ਹੋ ਗਏ ਉਹਨੂੰ ਕਿਸੇ ਮਤਲਬ ਦੇਸੀ ਟਕੂਣੀ ਕਿਤੇ ਕਿਤੇ ਸੈੱਟ ਆ ਜਾਂਦੀ ਨਹੀਂ ਇੰਜੈਕਸ਼ਨ ਤੇ ਅੱਜ ਕੱਲ੍ਹ ਮਾਰਕੀਟ 'ਚ ਹਰ ਕਿਸਮ ਦੇ ਚੱਲੇ ਆ ਬਿਹਤਰ ਜਿਹੜਾ ਮਤਲਬ ਜਿਹੜਾ ਮੈਡੀਕਲ ਇਲਾਜ ਚੰਗਾ ਹੈ ਹਾਂ ਅੱਜ ਕੱਲ੍ਹ ਜ਼ਿਆਦਾ ਮੈਡੀਕਲ ਤੇ ਜ਼ੋਰ ਰੱਖਿਆ ਅੱਛਾ ਅੱਛਾ ਕਿਉਂਕਿ ਖਾਂਸੀ ਦਾ ਵੀ ਇਲਾਜ ਜਿਹੜਾ ਮਤਲਬ ਮਤਲਬ ਡਾਕਟਰਾਂ ਕੱਢਿਆ ਔਰ ਬੁਖਾਰ ਦਾ ਵੀ ਇਲਾਜ ਸਹੀ ਹੈ ਮੈਡੀਕਲ ਜਿਹੜਾ ਮਾਡਰਨ ਟੈਕਨੋਲੋਜੀ ਦੇ ਹਿਸਾਬ ਨਾਲ ਮਾਡਰਨ ਮੈਡੀਸਨ ਦੇ ਹਿਸਾਬ ਨਾਲ ਬਿਲਕੁਲ ਬਿਲਕੁਲ ਤੇ ਇਸ ਤਰ੍ਹਾਂ ਦੇਸੀ ਇਲਾਜ ਕਰਦੇ ਰਹਾਂਗੇ ਉਹਦੇ ਨੁਕਸਾਨ ਜ਼ਿਆਦਾ ਨਫਾ ਕਾਫੀ ਲੈਂਦਾ ਨਾ ਅੱਛਾ ਦੇਸੀ ਇਲਾਜ ਟਾਈਮ ਜ਼ਿਆਦਾ ਲੈਂਦਾ ਅੱਛਾ ਅੰਗਰੇਜ਼ੀ ਇਲਾਜ ਚੰਗਾ ਹੈ ਮਤਲਬ ਉਹਦੀ ਟੈਬਲੇਟ ਵੀ ਦੇ ਸਕਦੇ ਹਾਂ ਬੁਖਾਰ ਦੀ ਬਿਲਕੁਲ ਉਹਦਾ ਰਿਜ਼ਲਟ ਜਲਦੀ ਆਉਂਦਾ ਮਤਲਬ ਜਿਹੜੀ ਅੰਗਰੇਜ਼ੀ ਮੈਡੀਸਨ ਹੈ ਇੰਗਲਿਸ਼ ਮੈਡੀਸਨ ਹੈ ਇਹਦਾ ਰਿਜ਼ਲਟ ਚੰਗਾ ਹੈ ਅੱਛਾ ਇਹਦਾ ਮਤਲਬ ਨਵੇਂ ਬੱਕਰੀ ਪਾਲਣ ਵਾਲੇ ਨਾ ਤੁਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਕਿ ਦੇਸੀ ਇਲਾਜ ਵੀ ਆਪਣਾ ਕਰੋ ਮਗਰ ਜਿਹੜਾ ਦੂਜਾ ਇਲਾਜ ਹੈ ਜਿਹੜਾ ਅੱਜ ਕੱਲ੍ਹ ਜਿਹੜੇ ਪੜ੍ਹੇ ਲਿਖੇ ਲੋਕ ਨੇ ਵੈਟਨਰੀ ਵਾਲੇ ਨੇ ਉਹਨਾਂ ਨਾਲ ਕੰਸਰਨ ਕਰੋ ਉਹਨਾਂ ਨਾਲ ਕੰਸਲਟ ਕਰੋ ਔਰ ਅੱਛਾ ਇਲਾਜ ਔਰ ਅੱਛੀ ਆਪਣੀ ਬੱਕਰੀਆਂ ਦਾ ਖਿਆਲ ਰੱਖੋ ਬਿਲਕੁਲ ਕਿਉਂਕਿ ਹੁਣ ਸਰਦੀ ਆਉਣ ਲੱਗੀ ਹੈ ਹੁਣ ਉਹਨੂੰ ਠੰਡ ਦੀ ਕੋਲੋਂ ਵੀ ਬਚਾਉਣਾ ਬਿਲਕੁਲ ਔਰ ਖਾਂਸੀ ਕੋਲੋਂ ਵੀ ਬਚਾਉਣਾ ਬੱਕਰੀ ਨੂੰ ਔਰ ਜੋ ਸਰਦੀ ਚ ਕੋਈ ਕਈ ਪ੍ਰਕਾਰ ਦੇ ਕਿਹੜੇ ਕਿਹੜੇ ਮਤਲਬ ਬੱਕਰੀ ਨੂੰ ਬਿਮਾਰੀ ਸਰਦੀ ਚ ਜ਼ਿਆਦਾ ਲੱਗਦੀ ਹੈ ਬੱਕਰੀ ਨੂੰ ਸਰਦੀ ਚ ਜ਼ਿਆਦਾ ਹੁਣ ਅੱਗੇ ਠੰਡ ਦਾ ਮੌਸਮ ਆਇਆ ਜ਼ਿਆਦਾ ਇਸ ਟਾਈਮ ਇਹੋ ਹੀ ਹੈ ਜ਼ਿਆਦਾ ਮਾਲ ਠੰਡ ਛੰਡ ਜ਼ਿਆਦਾ ਮੰਨਦਾ ਜੁਕਾਮ ਸ਼ੁਕਾਮ ਦੇ ਜ਼ਿਆਦਾ ਸ਼ਿਕਾਇਤ ਰਹਿੰਦੀ ਹੈ ਮਾਲ ਨੂੰ ਖਾਂਸੀ ਖੂੰਸੀ ਅੱਛਾ ਅੱਛਾ ਹਾਂਜੀ ਮਤਲਬ ਆਪਣਾ ਦੇਸੀ ਇਲਾਜ ਵੀ ਕਰੋ ਮਗਰ ਜਿਹੜੇ ਅੱਛੇ ਡਾਕਟਰ ਨੇ ਉਹਨਾਂ ਨਾਲ ਵੀ ਆਪਣਾ ਤਾਲਕ ਰੱਖੋ ਬਿਲਕੁਲ ਅੱਛਾ 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 ਇਹ ਬੱਕਰੀ ਪਾਲਣਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਬੱਕਰੀ ਪਾਲਣਾ ਠੀਕ ਹੈ ਸ਼ੌਂਕ ਦਾ ਕੰਮ ਹੈ ਜੀ ਇੱਕ ਤੇ ਮਿਹਨਤ ਦਾ ਵੀ ਹੈ ਅੱਲਾ ਦੇ ਬਰਕਤ ਵੀ ਹੈ ਇਹਦੇ ਵਿੱਚ ਅੱਛਾ ਅੱਛਾ ਤੋ ਕਿੰਨੇ ਚਿਰ ਬੱਕਰੀਆਂ ਰੱਖੀ ਤੁਸੀਂ ਬੱਕਰੀਆਂ ਅਸੀਂ ਸ਼ੁਰੂ ਤੋਂ ਲੈ ਕੇ ਰੱਖੀਆਂ ਸੀ ਮੈਂ ਤੇ ਕੋਈ ਜੋ ਸੰਭਾਲਿਆ ਤੇ ਬੱਕਰੀਆਂ ਚ ਹੀ ਰਿਹਾ ਅੱਛਾ 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 ਵਧੀਆ ਕੰਮ ਚੱਲਦਾ ਪਿਆ ਤੁਹਾਡਾ ਦੇਖੋ ਤੁਸੀਂ ਮਾਲਕ ਦਾ ਸ਼ੁਕਰ ਹੈ ਕਿ ਤੁਸੀਂ ਬੱਕਰੀਆਂ ਵੀ ਰੱਖੀਆਂ ਅੱਛੀ ਮੰਝ ਵੀ ਰੱਖੀ ਪੰਜ ਕਲਿਆਣੀ ਮੰਝ ਰੱਖੀ ਜਰਸੀ ਗਾਂ ਵੀ ਰੱਖੀ ਔਰ ਤੁਸੀਂ ਆਪਣੇ ਮੁਰਗੇ ਵੀ ਰੱਖੇ ਅਸੀਲ ਮੁਰਗਾ ਮੈਂ ਵੇਖਿਆ ਤੇਰਾ ਬਹੁਤ ਵਧੀਆ ਮੁਰਗਾ ਸੀਲ ਹੈ ਦੂਸਰੇ ਜਿਹੜੇ ਤੁਸੀਂ ਪੋਟਲੀ ਬਰਡ ਨੇ ਉਹ ਵੀ ਰੱਖੇ ਨੇ ਹੈ ਚਲੋ ਅੱਲਾ ਪਾਕ ਤੇਰੇ ਕਾਰੋਬਾਰ ਚ ਤੇਰੇ ਬੱਚਿਆਂ ਵਿੱਚ ਹਰ ਚੀਜ਼ ਬਰਕਤ ਅਤਾ ਫਰਮਾਏ ਔਰ ਤੇਰੀ ਲੰਮੀ ਉਮਰ ਕਰੇ ਅਸਲਾਮ ਅਲੈਕੁਮ।